ਹੁਣ ਕਟਾਰੀਆ ਸਾਹਿਬ ਨੂੰ ਕਿਤੇ ਪਤਾ ਨਹੀਂਗਾ ਵੀ ਕਿੱਥੇ ਵਿਕ ਰਿਹਾ ਤੇ ਕਿੱਥੇ ਨਹੀਂ। ਅੱਜ ਦੇ ਦਿਨ ਤੱਕ ਕਿਸੇ ਬੰਦੇ ਤੇ ਕੋਈ ਚੱਟੇ ਵਾਲੇ ਤੇ ਪਰਚਾ ਨਹੀਂ ਕੀਤਾ ਗਿਆ ਸਭਾ ਦੇ ਅਜੀਰੇ ਹਲਕੇ ਦੇ ਵਿੱਚ ਵੀ ਕਿਸੇ ਤੇ ਪਰਚਾ ਕੀਤਾ ਹੋਵੇ। ਜੇ ਪਰਚਾ ਹੋ ਵੀ ਜਾਵੇ ਤੇ ਉਹਨੂੰ ਉਹ ਜਿਹੜਾ ਵੇਚਣ ਵਾਲਾ ਉਹਨੂੰ ਨਹੀਂ ਪੁੱਛਿਆ ਜਾਂਦਾ ਹੈਗਾ ਤੇ ਗਾਂ ਜਿਹੜੇ ਲਾਉਣ ਵਾਲਾ ਉਹਨੂੰ ਫੜਿਆ ਜਾਂਦਾ। ਇਸ ਵਾਸਤੇ ਸਭ ਤੋਂ ਵੱਡੀ ਨਲਾਇਕੀ ਸਾਡੀ ਜਿਹੜੀ ਹੈ ਸਰਕਾਰਾਂ ਦੀ ਇਹ ਹੈ। ਪਿਛਲੀਆਂ ਸਰਕਾਰਾਂ ਤੇ ਦੂਸ਼ਣਬਾਜ਼ੀ ਵੀ ਬਹੁਤ ਲੱਗਦੀ ਰਹੀ, ਕੀਤਾ ਤਾਂ ਉਹਨਾਂ ਨੇ ਵੀ ਚੰਗਾ ਕੰਮ ਨਹੀਂ ਗਾ। ਆਪਾਂ ਨੂੰ ਪਤਾ ਹੀ ਇਸ ਗੱਲ ਦਾ ਕਿ ਮੈਂ ਉਹਨਾਂ ਦਾ ਪੱਖ ਨਹੀਂ ਲੈ ਰਿਹਾ ਗਿਆ, ਇਸ ਗੱਲ ਤੋਂ ਵੀ ਕਿ ਅਕਾਲੀ ਸਰਕਾਰ ਦਾ ਜਾਂ ਕਾਂਗਰਸ ਦਾ ਪੱਖ ਲੈ ਰਿਹਾ। ਉਹਨਾਂ ਨੇ ਵੀ ਬਹੁਤ ਮਾੜਾ ਕੀਤਾ ਤੇ ਉਸ ਤੋਂ ਵੱਡੇ ਰਾਖਸ਼ ਜਿਹੜੇ ਹੈ, ਮੈਂ ਹਿਸਾਬ ਲਾਉਣਾ ਵੀ ਬਦਲਾਵ ਦੇ ਨਾਂ ਤੇ ਜਿਹੜੀ ਇਹਨਾਂ ਨੇ ਸਰਕਾਰ ਬਣਾਈ ਸੀ, ਸਭ ਤੋਂ ਵੱਡੀ ਰਾਖਸ਼ ਤੇ ਮਾੜੀ ਤੇ ਘਟੀਆ ਸਰਕਾਰ ਜਿਹੜੀ ਹੈ ਉਹ ਆਮ ਆਦਮੀ ਪਾਰਟੀ ਦੀ ਹੈ। ਹੁਣ ਅੱਜ ਆ ਜਿਹੜਾ ਦੁਖਾਂਤ ਹੋਇਆ ਬਹੁਤ ਮਾੜਾ ਹੋਇਆ। ਅਕਸਰ ਨੂੰ ਤਾਂ ਕੋਈ ਵੇਚਦੇ ਹੀ ਆ ਨਾ, ਜਿੱਥੋਂ ਜਾ ਰਿਹਾ ਪਤਾ ਉਹਨਾਂ ਨੂੰ ਹੁੰਦਾ ਸਾਰਾ। ਫਿਰ ਮੰਨ ਲਓ ਕਿ ਵਿਧਾਨ ਸਭਾ ਦਾ MLA ਕੀ ਜੀ, ਉਹਨੂੰ ਪਤਾ ਹੀ ਨਹੀਂ ਗਿਆ ਇਸ ਗੱਲ ਦਾ ਵੀ ਸਾਡੇ ਮੇਰੇ ਇਲਾਕੇ 'ਚ ਹੋ ਕੀ ਰਿਹਾ। ਹੁਣ ਪਿੰਡ ਦਾ ਸਰਪੰਚ ਹੋਵੇ ਉਹਨੂੰ ਪਤਾ ਹੀ ਨਾ ਹੋਵੇ ਮੇਰੇ ਪਿੰਡ ਦੇ ਵਿੱਚ ਲੜਦਾ ਕੌਣ ਆ, ਕੀ ਹੋ ਰਿਹਾ ਕੀ ਨਹੀਂ ਪਿੰਡ ਦੇ ਵਿੱਚ, ਪਰ ਉਹ ਸਰਪੰਚ ਕਰਦਾ ਮਤਲਬ ਹੀ ਨਹੀਂ, ਉਹਨੂੰ ਤਾਂ ਫਾਇਦਾ ਹੀ ਨਹੀਂ ਕੋਈ। MLA ਨੂੰ ਸਭ ਪਤਾ ਹੁੰਦਾ ਜੀ ਇਸ ਗੱਲ ਦਾ, ਸਿਰਫ ਇੰਨਾ ਹੁੰਦਾ ਵੀ ਨਲਾਇਕੀ ਹੁੰਦੀ ਇਹਨਾਂ ਦੀ, ਇਹਨਾਂ ਨੇ ਇਹ ਅੱਗੇ ਨਹੀਂ ਲਿਆ ਕੇ ਰਾਜੀ ਅਗਲੇ ਨੂੰ। ਕਿਉਂਕਿ ਇਹਨਾਂ ਦੇ ਘਰ ਬਾਰ ਜਿਹੜੇ ਚੱਲਦੇ ਆਪਾਂ ਨੂੰ ਪਤਾ ਇਹਨਾਂ ਲੀਡਰਾਂ ਦੇ, ਇਸੇ ਕਰਕੇ ਹੋਰ ਕਿਹੜਾ ਚੰਦ ਤੇ ਜਾ ਕੇ ਕਿਤੇ ਤੇ ਮਤਲਬ ਕਿ ਵੀ ਖੇਤੀ ਕਰਕੇ ਆਉਂਦੇ ਆ ਵੀ ਇਹਨਾਂ ਦੇ ਜਿਹੜੇ ਇੰਨੀਆਂ ਪ੍ਰਾਪਰਟੀਆਂ ਬਣ ਜਾਂਦੀਆਂ, ਇਹ ਇਹੋ ਕੁਝ ਹੀ ਖਾਂਦੇ, ਇਹਦਾ ਹੀ ਖੱਟਿਆ ਖਾਂਦੇ। ਅਖੰਡ ਬਾਣੀ ਪੰਥਕ ਮੀਡੀਆ ਦੇਖ ਰਹੀ ਦੇਸ਼ ਵਿਦੇਸ਼ ਦੀ ਸੰਗਤ ਨੂੰ ਦਾਸ ਜਸਵੀਰ ਸਿੰਘ ਸਸਤੇਵਾਲਾ ਦੀ ਫਤਿਹ ਪ੍ਰਵਾਨ ਹੋਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਅੱਜ ਤੋਂ 3 ਦਿਨ ਪਹਿਲਾਂ ਪਿੰਡ ਜੋਗੇਵਾਲਾ ਤੋਂ ਇੱਕ ਵੀਡੀਓ ਤੁਹਾਡੇ ਨਾਲ ਸਾਂਝਾ ਕੀਤਾ ਸੀ, ਜਿਹਦੇ ਵਿੱਚ ਮਾਪਿਆਂ ਦਾ 30 ਸਾਲ ਦਾ ਇੱਕ ਲੌਤਾ ਪੁੱਤਰ ਇਸ ਦੁਨੀਆ ਤੋਂ ਰੁਖਸਦ ਹੋ ਗਿਆ ਇਹਨਾਂ ਸਰਕਾਰਾਂ ਦੀਆਂ ਨੀਤੀਆਂ ਦੇ ਕਾਰਨ। ਚਿੱਟੇ ਦਾ ਟੀਕਾ ਲਾਇਆ, ਜਿਵੇਂ ਮੈਂ ਉਸ ਦਿਨ ਵੀ ਜ਼ਿਕਰ ਕਰਦਾ ਸੀ ਕਿ ਚੁੱਲ੍ਹਿਆਂ ਦੀ ਅੱਗ ਬੁੱਝ ਗਈ, ਸਿਵਿਆਂ ਦੀਆਂ ਲਾਟਾਂ ਉੱਚੀਆਂ ਨੇ, ਅੱਜ ਵੀ ਸਿਵਿਆਂ ਦੇ ਬਾਹਰ ਖਲੋਤੇ ਆ। ਅੱਜ ਵੀ ਇੱਕ ਨੌਜਵਾਨ ਇਸ ਭੈੜੀ ਨਸ਼ਿਆਂ ਦੀ ਦਲਦਲ ਦੇ ਵਿੱਚ ਡੁੱਬ ਗਿਆ, ਨਸ਼ਿਆਂ ਦੇ ਵਹਿੰਦੇ 6ਵੇਂ ਦਰਿਆ ਦੇ ਵਿੱਚ ਅੱਜ ਇੱਕ ਹੋਰ ਨੌਜਵਾਨ ਰੁੜ ਗਿਆ, ਵਿਧਾਨ ਸਭਾ ਹਲਕਾ ਜੀਰਾ। ਤੇ ਜਿਹੜੀ 3 ਦਿਨ ਪਹਿਲਾਂ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ, ਜਿਹੜਾ ਉਸ ਪਰਿਵਾਰ ਦਾ ਦੁੱਖੜਾ ਤੁਹਾਡੇ ਨਾਲ ਸਾਂਝਾ ਕੀਤਾ ਸੀ, ਉਹ ਵੀ ਵਿਧਾਨ ਸਭਾ ਹਲਕਾ ਜੀਰਾ ਤੋਂ ਹੀ ਸੀ ਤੇ ਅੱਜ ਪਿੰਡ ਚੂਚਕ ਪਿੰਡ ਦੇ ਵਿੱਚ ਮੌਜੂਦ ਆ। ਹੁਣੇ ਅੰਦਰ ਸੰਸਕਾਰ ਹੋ ਰਿਹਾ, ਅੰਤਮ ਸੰਸਕਾਰ ਹੋ ਰਿਹਾ ਨੌਜਵਾਨ ਦਾ, ਤੇ ਪਿੰਡ ਵਾਸੀ ਮੌਜੂਦ ਨੇ। ਭਾਈ ਅਮਰੀਕ ਸਿੰਘ ਲੁਹਾਮ ਸਾਡੇ ਨਾਲ ਨੇ, ਗੱਲ ਕਰ ਲੈਂਦੇ ਭਾਈ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸਾਹਿਬ, ਜਿੱਦਾਂ ਮੈਂ ਪਹਿਲਾਂ ਹੀ ਕਿਹਾ ਵੀ 5 ਦਰਿਆਵਾਂ ਦੀ ਧਰਤੀ ਤੇ 6ਵਾਂ ਦਰਿਆ ਨਸ਼ਿਆਂ ਦਾ ਵਹਿ ਰਿਹਾ। ਹਰ ਰੋਜ਼ ਸਾਡੇ ਨੌਜਵਾਨ, ਭਰ ਜਵਾਨੀ ਦੇ ਨੌਜਵਾਨ ਇਸ ਦਰਿਆ ਦੇ ਵਿੱਚ ਰੁੜ ਰਹੇ ਨੇ। ਅੱਜ ਤੋਂ 3 ਦਿਨ ਪਹਿਲਾਂ ਜੋਗੇਵਾਲਾ ਦੇ ਵਿੱਚ ਅਜਿਹੀ ਕਵਰੇਜ ਕਰਕੇ ਆਏ ਹਾਂ ਤੇ ਅੱਜ ਚੂਚਕ ਪਿੰਡ ਦੇ ਵਿੱਚ ਹੈ, ਕੀ ਕਹੋਗੇ? ਸਭ ਤੋਂ ਪਹਿਲਾਂ ਹੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੀਆਂ ਸਰਕਾਰਾਂ ਦੀਆਂ ਬਹੁਤ ਮਾਰੂ ਨੀਤੀਆਂ ਜਿਹੜੀਆਂ, ਪਹਿਲਾਂ ਤਾਂ ਆਪਾਂ ਇਹ ਜਿਹੜੀ ਸਰਕਾਰ ਦਾ ਬਦਲਾਵ ਆਇਆ ਸੀਗਾ ਤੇ ਇਹ ਦੂਸ਼ਣਬਾਜ਼ੀ ਆਪਾਂ ਦੂਜੀਆਂ ਸਰਕਾਰਾਂ ਤੇ ਲਾਉਂਦੇ ਰਹੇ ਹਾਂ, ਕਾਂਗਰਸ ਤੇ ਲੱਗਦੀ ਰਹੀ ਹੈ, ਅਕਾਲੀ ਦਲ ਤੇ ਦੂਸ਼ਣਬਾਜ਼ੀ ਲੱਗਦੀ ਰਹੀ ਆ ਵੀ ਇਹਨਾਂ ਨੇ ਚਿੱਟਾ ਲਿਆਂਦਾ। ਪਰ ਕੁਦਰਤੀ ਖੇਡ ਇਹ ਆ ਵੀ ਅਸੀਂ ਪਿੰਡਾਂ ਦੇ ਵਿੱਚ ਤਕਰੀਬਨ ਜਾਂਦੇ ਹਾਂ ਪ੍ਰਚਾਰ ਕਰਨ, ਤੇ ਤਕਰੀਬਨ ਸਾਨੂੰ ਇਹ ਪਿੰਡਾਂ ਦੇ ਵਿੱਚ ਪਤਾ ਵੀ ਨੌਜਵਾਨ ਵੀਰ ਜਿਹੜੇ ਨਸ਼ਿਆਂ ਦੀ ਦਲਦਲ ਦੇ ਵਿੱਚ ਬਹੁਤ ਫਸੇ ਹੋਏ ਨੇ। ਵੀ ਪਹਿਲਾਂ ਆਪਾਂ ਸਰਕਾਰਾਂ ਦੂਜੀਆਂ ਤੇ ਦੋਸ਼ ਮੜਦੇ ਰਹੇ ਹਾਂ ਤੇ ਹੁਣ ਕਿਹੜੀ ਸਰਕਾਰ ਤੇ ਦੋਸ਼ ਮੜੀਏ, ਹੁਣ ਕਿਹੜੀਆਂ ਸਰਕਾਰਾਂ ਮੁਕਾਉਂਦੀਆਂ। ਇਸ ਵਾਸਤੇ ਬੇਨਤੀ ਹੈ ਸਾਡੇ CM ਸਾਹਿਬ ਭਗਵੰਤ ਮਾਨ ਜੀ ਨੂੰ, ਥੋੜ੍ਹਾ ਜਿਹਾ ਨਜ਼ਰ ਮਾਰੋ, ਥੋੜ੍ਹਾ ਜਿਹਾ ਥੱਲੇ ਹੋ ਕੇ ਵੇਖੋ। ਮੇਰਾ ਪੂਰਾ ਵਿਆਹਾਂ ਦੇ ਵਿੱਚ ਨਾ ਲੱਗੇ ਰਹੀਏ ਵੀ ਆਪਾਂ ਇੱਕ ਦੂਜੇ ਦੇ ਵਿਆਹ ਕਰਵਾਤੇ, ਫਲਾਣੇ ਦੇ ਕਰਵਾਤੇ, ਇੱਧਰਲੇ ਪਾਸੇ ਨਾ ਲੱਗੇ ਰਹੀਏ। ਪਿੰਡਾਂ ਦੇ ਵਿੱਚ ਨਜ਼ਰ ਮਾਰੋ, ਪਿੰਡਾਂ ਦੇ ਵਿੱਚ ਨੌਜਵਾਨ ਵੀਰ ਜਿਹੜੇ ਹੈ ਬਹੁਤ ਨਸ਼ਿਆਂ ਦੀ ਦਲਦਲ ਦੇ ਵਿੱਚ ਫਸੇ ਹੋਏ ਨੇ, ਜੋ ਅੱਜ ਸਾਡੇ ਘਟਨਾ ਵੀ ਸਾਡੇ ਪਿੰਡ ਦੇ ਵਿੱਚ ਹੋਈ ਇਹੀ ਹੈ। ਇਸ ਵਾਸਤੇ ਬੇਨਤੀ ਹੈ ਸਰਕਾਰਾਂ ਨੂੰ ਵੀ ਸਾਡੇ ਵਿਧਾਨ ਸਭਾ ਦੇ ਜਿਹੜੇ ਹਲਕੇ ਦੇ MLA ਸਾਹਿਬ ਨੇ, ਨਰੇਸ਼ ਕੁਮਾਰ ਕਟਾਰੀਆ ਜੀ ਨੂੰ ਵੀ ਥੋੜ੍ਹਾ ਜਿਹਾ ਪਿੰਡਾਂ ਦੇ ਵਿੱਚ ਜ਼ਰੂਰ ਦੇਖੋ ਆ ਕੇ ਵੀ ਪਿੰਡਾਂ ਦੇ ਵਿੱਚ ਨਸ਼ਾ ਵਿਕ ਰਿਹਾ। ਜੇ ਵਿਕ ਰਿਹਾ ਤਾਂ ਨੌਜਵਾਨ ਲਾ ਰਹੇ ਨੇ, ਜੇ ਵਿਕੇ ਨਾ ਤਾਂ ਨੌਜਵਾਨ ਲਾਉਣੀ ਨਾ। ਜੇ ਆਪਾਂ ਅਕਾਲੀ ਦਲ ਦੀ ਸਰਕਾਰ ਦੀ ਗੱਲ ਕਰੀਏ, ਅਕਾਲੀ ਦਲ ਦੀ ਸਰਕਾਰ ਸੀ, ਉਹ ਕਹਿੰਦੇ ਅਸੀਂ ਯਤਨ ਕਰ ਰਹੇ ਹਾਂ ਇਹਨੂੰ ਜਲਦੀ ਬੰਦ ਕਰ ਦੇਵਾਂਗੇ। ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣਦੀ ਹੈ, ਦਮਦਮਾ ਸਾਹਿਬ ਵੱਲ
गुटका साहब फड़ के सहुं खाधी जाती। कहा जाता कि चार हफ्तों के पंजाब दे विच्चों नशा खत्म कर दिता जाऊगा। पांच साल बीत जाते हैं, कैप्टन साहब नूं पंजाब दे लोक दुखी लोग लांबे कर देंगे। चुन लिया जाता भगवंत सिंह मान होरां नूं, एक साल तो उत्ते दा समां इन्हां नूं भी हो गया। कारण की समझते हो, की कारण है, क्यों नहीं नशा बंद हो रहा, क्यों लोगों के जिहड़े नौजवान पोते आ इस चिट्टे दा दैंत आ जिहड़ा निकल रहा है, कारण की मानते हो, की कारण आ? क्योंकि सरकारां कहिंदियां असीं जोर ला रहे हैं, पहले भी कहिंदे सी, उन्हां तों पहले भी कहिंदे सी, ते हुण वाले भी कहिंदे आ। कारण की है, कित्थे जे गल खड़ी है, क्यों नहीं बंद हो रहा नशा? कारण वीर जी सब तो वड्डी गल ते आ वी साडियां सरकारां दी नलायकी आ, ते साडे पिंडां दे विच नलायकी आ, साडियां पंचायतां दी ला लो वी, पंचायतां नूं पता हुंदा पिंड दे विच कौन वेचदा जां कौन ला रहा, पिंड दे विच सारा पता हुंदा इस गल दा। ते ज़्यादातर ज़्यादे नहीं ते हल्के दे विच जिहड़ा मतलब कि अपना थाणा हुंदा SHO साहब नूं सारा पता हुंदा कौन की हो रहा, सारा कुछ पता हुंदा। पर फिर भी वह जिहड़ा ना मतलब कि कुकड़ वांगू अखां मीट के बैठे हुए ने कि हुण कटारिया साहब नूं कितें पता नहीं गया भी कित्थे विक रहा ते कित्थे नहीं। अज के दिन तक किसी बंदे ते कोई चट्टे वाले ते परचा नहीं किया गया सभा दे अजीरे हल्के दे विच भी किसी ते परचा किया होवे। जे परचा हो भी जाए तो उन्हूं वो जिहड़ा वेचण वाला उन्हूं नहीं पुछया जांदा गा, ते गांह जिहड़े लाउण वाला उन्हूं फड़िया जांदा। इस वास्ते सब तो वड्डी नलायकी साडी जिहड़ी है सरकारां दी इह है। पिछलियां सरकारां ते दूषणबाजी भी बहुत लगती रही, कीता तो उन्होंने भी चंगा काम नहीं गा, आपां नूं पता ही इस गल दा कि उन्हां दा पक्ष नहीं लै रहा गया इस गल तों भी, कि अकाली सरकार दा जां कांग्रेस दा पक्ष लै रहे हैं, उन्होंने भी बहुत माड़ा किया। तो उस तो वड्डे राक्षस जिहड़े है, मैं हिसाब लाउणा भी बदलाव के नाँ ते जिहड़ी इन्हां ने सरकार बनाई सी, सब तो वड्डी राक्षस ते माड़ी ते घटिया सरकार जिहड़ी है वह आम आदमी पार्टी की है। मैं मलिक कटारिया साहब की एक इंटरव्यू की, उहदे विच उन्होंने कहा कि सानूं दसो कौन वेचदा, कहिंदे असीं कार्रवाई करांगे। वेखो जी गल पता की है, हुण अज आ जिहड़ा दुखांत होया बहुत माड़ा होया, अक्सर नूं तां कोई वेचदे ही है ना, जिथों जा रहा है पता उन्हां नूं हुंदा सारा। फिर मान लो कि विधानसभा दा MLA की जी, उन्हूं पता ही नहीं गया इस गल दा वी साडे मेरे इलाके च हो की रहा। हुण पिंड दा सरपंच होवे उन्हूं पता ही ना होवे मेरे पिंड दे विच लड़दा कौन आ, की हो रहा की नहीं पिंड दे विच, पर उह सरपंच करन दा मतलब ही नहीं, उन्हूं तां फायदा ही नहीं कोई। MLA नूं सब पता हुंदा जी इस गल दा, सिर्फ इन्ना हुंदा वी नलायकी हुंदी इन्हां दी, इन्हां ने इह अग्गे नहीं लिया के राजी अगले नूं, क्योंकि इन्हां दे घर बार जिहड़े चलदे आपां नूं पता है इन्हां लीडरां दे, इस करके होर कड़ा चंद ते जाके कितें ते मतलब कि भी खेती करके आउंदे आ, भी इन्हां दे जिहड़े इन्नियां प्रॉपर्टियां बन जांदियां, इहो कुछ ही खांदे, इहदा ही खट्टिया खांदे। बिल्कुल संगत जी, असीं इंटरव्यू कीता सीगा नरेश कटारिया जी दा, उहदे विच उन्होंने कहा कि सानूं आण के दस दिओ भाई कौन वेचदा ते असीं उहदे उत्ते कार्रवाई करांगे। पर इह लोक क्यों दसण, तुहाडा प्रशासन की करदा, तुहाडी CID की करदी है? जदों कोई होर मसला हुंदा है, जदों कितें पंथक इकट्ठ होणे हुंदे आ ते घरां दे विच्चों पंथक आगूआं नूं पहलां चक लिया जांदा है, उह सारी गल दा तुहानूं पता हुंदा है। पर इह कौण क्यों तुहानूं कोई दसे, क्योंकि जिहड़ा तुहानूं दसेगा उहदी चिट्टे दे तस्करां दे नाल दुश्मनी बन जाएगी। जे असीं अजिहियां कवरेज करदे हाँ, असीं इत्थे कवरेज कर रहे हाँ, तो सानूं भी जिहड़े चिट्टे वाले आ हमेशा अक्खां कढ कढ के देखदे आ, क्योंकि उहनां नूं लगदा कि साडी दुकानदारी बंद करदे आ। भाई साहब की कहोगे, भगवंत मान साहब तक वीडियो पहुँचेगी, जलंधर दे विच जिमनी चोण आ, जलंधर तक अपना यह प्रोग्राम पहुँचेगा, की कहोगे? हलका विधायक तक यह वीडियो पहुँचेगी, की कहोगे? की बिल्कुल जी, CM साहब नूं बेनती करदे आ, सब तो पहली गल तो यह है भगवंत मान जी नूं भी तुसीं सारा जोर जिमनी चोणां ते ना लाई जाओ, भी उधर जिमनी चोणां ते लगी जावे, पिंडां दे विच वी वेखो पिंड उजड़दे जा रहे ने, तां तुसीं जिहड़ा राज कादे ते करना, जे परजा ही नहीं हैगी तां राज कादे करोगे तुसीं? भी जे तुहाडी परजा ही नहीं पर राजा कादे वास्ते, इस वास्ते थोड़ा जिहा पिंडां दे विच जरूर नज़र मारो इस गल दे आके, पिंडां दे विच दुख तकलीफां जिहड़े साडे हल्के दे विधानसभा दे MLA हुंदे उहनां नूं चाहीदा इस गल तों, ओह इहनां नूं हुक्म करन भी पिंडां पिंडां दे विच जाके किसे दी दुख तकलीफ आ कोई कुछ भी आ ओह सुन, ते जिहड़ा प्रशासन आ साडा हुण बहुत वारी देखीदा असीं आ तकरीबन वरत विचरदे ही आपां भी इन्हां दीआं इंटैलीजेंसियां बहुत हुंदियां, इत्थे माड़ा जिहा किसे सिंघ ने कुछ कर दित्ता होवे मिंटो मिंटो नूं फड़ लैंदे आ, इहदी फलाने थां वीडियो कॉल आई आ, फलाने थां इहने कॉल कीती आ, भी CID आ दूजा तीजा सारा कुछ हो जांदा, उन्हां ते कार्रवाई कर सकदे आ, पर लेकिन इन्हां नूं चिट्टे वाले नहीं दिंदे सरकार नूं जी। जिहड़े नौजवान दी मौत होई है, की नां सी, किन्नी उम्र सी? उहदा नां जी सतनाम सिंह सीगा, उम्र तकरीबन 26-27 साल दी है जी, ते तीन बच्चे ने उहदे, दो गुड़ियां, एक बेटा छोटा जिहा 6 महीनों दा ही, ते बहुत दुखांत होया इस गल दा भी जो आपां नूं पता ही आ भी नशे दल दल दे विच नौजवान फसे सीगे, उहदा कारण करके जो ये मतलब कि मौत हुई है जी। टीका लगाया गया? टीका लगाया गया जी, नशे घर दे विच नहीं जी, बाहर जाके बंबी दे, हाँ खेत दे विच टीका लगाया गया जी।
किन्ने टाइम तो नौजवान नशा कर रहा है, की घरदियां नूं पता सी कि नशा कर रहा? वेखो जी, आपां नूं इस गल दा पता, जे घरदियां नूं पता होवे तो थोड़ा जिहा घरदे रोकदे भी इस गल तों आ, पर नौजवान जिहड़ा लग जांदा आधी हो जांदा उह फिर रुकिया नहीं रहिंदा। आपां नूं इस गल दा पता है वी जे पता भी होवे तो रोकदे आ, तो रुक नहीं सकदा जी नौजवान, दर दी बारी लाउंदे। परिवार चो हैगा कोई इत्थे? हां आ भी उत्थे डैडी हुंदा जी, पापा हो जांदा। बापू जी बड़ी माड़ी गल होई है, आ डैडी हुंदा। किन्ना टाइम तो कर रहा सी नशा, पता कुछ? बिलकुल डकन दा तरीका तो संगत जी यही है कि नशा विकना बंद हो जाए। जदों तक विकना नहीं बंद हुंदा उदों तक किसी तरीके नाल रोकिया नहीं जा सकता। भाई साहब कहर होया पिंड दे विच 26-27 साल उम्र दसी जा रही है नौजवान दी, की कहोगे? की असीं तां इही कहांगे जी, जिहड़ी सरकार आ, जे सरकार फीम पोस्ट बंद कर सकदी ते नशे दी किड्डी वड्डी गल वा। जे इन्हां चीज़ां ते बैन लग सकदा ते चिट्टे ते बैन नहीं लग सकदा, इह सिर्फ नलायकियां सरकार दीआं वा, ते सरकार दीआं नलायकियां कारण करके ਇਹ ਨੌਜਵਾਨ ਪੀੜ੍ਹੀ ਜਿਹੜੀ ਆ ਸਾਡੀ ਉੱਜੜਦੀ ਜਾ ਰਹੀ ਆ ਜੀ। ਅਤੇ ਇਸ ਕਰਕੇ ਮੇਰੀ ਹੱਥ ਜੋੜ ਕੇ ਬੇਨਤੀ ਸੀ ਐਮ ਆਰ ਸਾਹਿਬ ਨੂੰ, ਭਗਵੰਤ ਮਾਨ ਜੀ ਨੂੰ, ਕਿ ਆਪਾਂ ਸਾਰੇ ਰਲ ਕੇ ਇਹਦੇ ਵੱਲ ਨਿਗਾਹ ਦੇਈਏ, ਕਿਉਂਕਿ ਜਿਹੜਾ ਜਦੋਂ ਕਿਸੇ ਦਾ ਖੇਤ ਉੱਜੜਦਾ ਹੈ ਨਾ, ਉਦੋਂ ਬੜਾ ਦੁੱਖ ਹੁੰਦਾ ਵਾ, ਅਤੇ ਜਦੋਂ ਪੁੱਤ ਮਰਦਾ ਹੈ ਨਾ, ਠੀਕ ਹੈ ਨਾ, ਉਦੋਂ ਮਾਵਾਂ ਦੇ ਹੰਝੂ ਨੇ, ਉਦੋਂ ਹੰਝੂਆਂ ਦੇ ਦਰਿਆ ਰੁੜਦੇ ਆ ਜੀ। ਇਸ ਕਰਕੇ ਸੀ ਐਮ ਸਾਹਿਬ ਨੂੰ ਇਹ ਅਸੀਂ ਕਹਿੰਦੇ ਹਾਂ ਸਰਕਾਰ ਨੂੰ, ਕਿਉਂਕਿ ਇਹ ਜਿਹੜੀ ਨਸ਼ੇ ਦੇ ਦਾਰਵਾ ਹੜਿਆ ਹੜ ਆਏ ਆ, ਇਹਨਾਂ ਨੂੰ ਖਤਮ ਕੀਤਾ ਜਾਵੇ। ਇਹੀ ਹੱਥ ਜੋੜ ਕੇ ਸਾਡੀ ਤਾਂ ਬੇਨਤੀ ਆ, ਜੇ ਸਿੰਘਾਂ ਦੇ ਅੱਤਵਾਦੀਆਂ ਨੂੰ ਫੜ ਸਕਦੇ ਇਹ, ਜੇ ਤਾਰ ਤੋਂ ਪਾਰ ਜਾਂਦੇ ਤਸਕਰ ਲੋਕਾਂ ਨੂੰ ਫੜ ਸਕਦੇ ਆ, ਤਾਂ ਇਹ ਕਿੱਡੀ ਕੁ ਵੱਡੀ ਗੱਲ ਵਾ। ਇੱਥੇ ਆਣ ਕੇ ਪਤਾ ਲੱਗਦਾ ਇਹ ਸਰਕਾਰ ਦੀਆਂ ਨਲਾਇਕੀਆਂ ਵਾ। ਇਸ ਕਰਕੇ ਬੇਨਤੀ ਆ ਜੀ ਕਿ ਸਾਡੀ ਵੀ ਕਿ ਨੌਜਵਾਨ ਪੀੜ੍ਹੀ ਨੂੰ ਬਚਾਇਆ ਜਾਵੇ। ਇਸ ਕਰਕੇ ਜੇ ਰਾਜ ਕਰਨਾ ਹੈ ਤਾਂ ਦੁਨੀਆ ਬਹੁਤ ਜ਼ਰੂਰੀ ਆ, ਪ੍ਰਜਾ ਬਹੁਤ ਜ਼ਰੂਰੀ ਆ, ਅਤੇ ਰਾਜ ਜੇ ਪ੍ਰਜਾ ਨਾ ਰਹੀ ਤਾਂ ਰਾਜ ਕਿੱਥੋਂ ਰਹੇਗਾ, ਕਿਹਦੇ 'ਤੇ ਰਾਜ ਕਰ ਲੈਣਗੇ? ਇਸ ਕਰਕੇ ਹੱਥ ਜੋੜ ਕੇ ਬੇਨਤੀ ਆ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚੂਚਕਵਿੰਡ ਪਿੰਡ ਦੇ ਵਿੱਚ ਕਿੰਨੇ ਕੁ ਨੌਜਵਾਨ ਨਸ਼ਾ ਕਰਦੇ ਹੋਣਗੇ? ਆਪਾਂ ਕਿਸੇ ਦਾ ਨਾਂ ਨਹੀਂ ਪੁੱਛਦੇ, ਵੈਸੇ ਗੱਲ ਕਰਦੇ ਵੀ ਕਿੰਨੇ ਕੁ ਨੌਜਵਾਨ ਨਸ਼ਾ ਕਰਦੇ ਹੋਣਗੇ, ਕਹਿ ਜੀ ਕੋਈ ਸਮਝ? ਘੱਟੋ ਘੱਟ 10-12 ਮੁੰਡੇ ਨਸ਼ਾ ਕਰਦੇ, ਬਥੇਰਾ ਲੋਕਾਂ ਨੂੰ ਕਹੀਦਾ ਜੀ, ਲੋਕ ਨਹੀਂ ਹਟਦੇ ਵੀ ਤੁਹਾਡੀ ਮੌਤ ਹੋ ਜੂ, ਤੁਹਾਡੀ ਮੌਤ ਹੋ ਜੂ। ਕੱਲ੍ਹ ਦੀ ਗੱਲ ਆ ਜੀ, ਉਹਦੇ ਡੈਡੀ ਨੇ ਆਣ ਕੇ ਦੱਸਿਆ, ਵਾਹਣ ਦੇ ਵਿੱਚ ਮੈਂ ਆਪ ਜਾ ਕੇ ਦੇਖਿਆ, ਗੋਡਿਆਂ ਪਰ ਨਿੱਕਾ ਡਿੱਗਿਆ ਪਿਆ ਸੀ, ਬੁਰਾ ਹਾਲ ਸੀ, ਨਿੱਕੇ ਨਿੱਕੇ ਬੱਚੇ ਆ, ਦੋ ਗੁੱਡੀਆਂ ਨਿੱਕੇ ਨਿੱਕੀਆਂ, ਗਰੀਬ ਬੰਦੇ ਆ, ਕੀ ਉਹਨਾਂ ਦਾ ਹਾਲ ਹੋਊ, ਕੀ ਕਰੂਗੀ ਸਰਕਾਰ, ਕਿੱਥੋਂ ਰੋਟੀ ਖਾ ਕੇ ਗਰੀਬ ਬੰਦੇ ਕਿੱਥੋਂ ਪੂਰੀ ਆਊਗੀ? ਜਦੋਂ ਕਮਾਉਣ ਵਾਲੇ ਬੈਠੇ ਹੁੰਦੇ ਰੋਟੀ ਤਾਂ ਅੱਜ ਕੱਲ ਦੇ ਜ਼ਮਾਨੇ ਦੇ ਵਿੱਚ ਉਦੋਂ ਨਹੀਂ ਪੂਰੀ ਹੁੰਦੀ, ਉਹ ਰੋਟੀ ਤਾਂ ਕਰਕੇ ਬੰਦਾ ਕਮਾਈ ਕਰੂ ਤੇ ਉਹ ਨਹੀਂ ਪੂਰੀ ਆਉਂਦੀ, ਤੇ ਜਦੋਂ ਨਸ਼ਾ ਖਾ ਕੇ ਬੰਦੇ ਨੌਜਵਾਨ ਮੁੰਡੇ ਮਰੀ ਗਏ ਤੇ ਮਾਂ ਪਿਓ ਕਿੱਧਰ ਜਾਊਗਾ? ਸਰਕਾਰ ਨੂੰ ਤੇ ਇਹੋ ਹੀ ਬੇਨਤੀ ਆ ਵੀ ਤੁਸੀਂ ਇੱਥੇ ਠੱਲ ਪਾਓ, ਲੋਕਾਂ ਨੂੰ ਰੋਕੋ, ਜੇ ਨਸ਼ਾ ਮਿਲਦਾ ਤੇ ਚਿੱਟਾ ਲਾਉਂਦੇ ਤੇ ਮਰਦੇ ਤਾਂ ਹੀ ਮਰਦੇ, ਜੇ ਮਿਲੂ ਨਾ ਤਾਂ ਲਾਉਣਗੇ ਕਿੱਥੋਂ? ਮੈਂ ਤੁਹਾਨੂੰ ਪਹਿਲਾਂ ਦੱਸਿਆ ਜੋਗੇ ਵਾਲਾ ਅਸੀਂ ਕਵਰੇਜ ਕਰਕੇ ਆਏ ਹਾਂ, ਉਹਨਾਂ ਕਿਹਾ ਮੰਝ ਵਾਲਾ ਜੋਗੇ ਵਾਲਾ, ਉਹ ਕਹਿੰਦੇ ਹਰ ਪਿੰਡ 'ਚ ਹੀ ਵਿਕੀ ਜਾਂਦਾ ਨਸ਼ਾ, ਕਹਿੰਦੇ ਸਾਡੇ ਲਾਗੇ ਤਾਂ ਅੱਗੇ 10 ਪਿੰਡਾਂ 'ਚ ਨਸ਼ਾ ਵਿਕੀ ਜਾਂਦਾ, ਇੱਥੇ ਵੀ? ਇੱਥੇ ਨਹੀਂ ਜੀ ਵਿਕਦਾ, ਲਾਂਭੇ ਕਿਤੋਂ ਲੈ ਕੇ ਆਉਂਦੇ? ਬਿਲਕੁਲ ਸੰਗਤ ਜੀ, ਇਹ ਕੋਈ ਖਬਰ ਨਹੀਂ ਆ, ਇਹ ਕੋਈ ਇੰਟਰਵਿਊ ਨਹੀਂ ਆ, ਇਹ ਦੁੱਖੜੇ ਆ, ਇਹ ਲੋਕਾਂ ਦਾ ਦੁੱਖ ਆ, ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ। ਕੀ ਕਹੋਗੇ ਜੀ? ਕਹਿਣਾ ਜੀ ਇਹ ਆ ਵੀ ਸਰਕਾਰਾਂ ਜਿਹੜੀਆਂ ਇਹ ਸਰਕਾਰਾਂ ਜੇ ਚਾਹੁਣ ਤੇ ਇੱਕ 2 ਘੰਟਿਆਂ ਦੇ ਵਿੱਚ ਦੀ ਇਹ ਨਸ਼ਾ ਬੰਦ ਹੋ ਸਕਦਾ। ਕਿਹੜੇ ਅਫਸਰ ਨੂੰ ਨਹੀਂ ਪਤਾ ਵੀ ਫਲਾਣੇ ਪਿੰਡ ਨਸ਼ਾ ਵਿਕਦਾ, ਫਲਾਣਾ ਬੰਦਾ ਵੇਚਦਾ? ਕੋਈ ਅਫਸਰ ਕਹਿ ਕੇ ਵਿਖਾਵੇ ਵੀ ਮੈਨੂੰ ਨਹੀਂ ਪਤਾ। ਅੱਛਾ ਸਾਨੂੰ ਕਿਉਂ ਪੁੱਛਦੇ ਆ ਵੀ ਤੁਸੀਂ ਦੱਸੋ, ਅਸੀਂ ਮਾੜੀ ਜੀ ਗੱਲ ਕਰਾਂਗੇ ਉੱਥੇ ਸਾਨੂੰ ਰਾਤ ਨੂੰ ਮਾਰ ਕੇ ਕਾਪਾ ਉੱਥੇ ਸੁੱਟ ਦੇਣਗੇ, ਅੱਗੇ ਕੁਛ ਹੋ ਹੀ ਵੀ ਜਾਂਦਾ ਸਾਨੂੰ ਮੂਹਰੇ ਫੇਰ ਥੰਮਾ ਬਣਾਉਂਦੇ ਅੱਗੇ। ਆਪ ਕਿਉਂ ਨਹੀਂ ਇਹਨਾਂ ਨੂੰ ਭੁੱਲਾ? ਕਿਸੇ ਨੂੰ ਕਿਹੜੇ ਮੰਤਰੀ ਨੂੰ ਭੁੱਲਾ ਵੀ ਇੱਥੇ ਨਸ਼ਾ ਨਹੀਂ ਵਿਕਦਾ? ਕਿਹੜੇ ਅਫਸਰ ਨੂੰ ਭੁੱਲਾ ਵੀ ਇੱਥੇ ਨਹੀਂ ਵਿਕਦਾ?
पिछले दिन ही बठिंडे दे लागे एक पुलिस वाले नू पिंड वाले ने फड़ लिया नशा देन गए नू, पुलिस वाला नशा वेचदा ही ते लोकां ने पुलिस नू जदों नशा जदों पुलिस नशा वेच रही है ते फिर छड़वाऊगा किवें, कारवाई कौन करूगा जदों पुलिस ही वेची है। ਵੀ ਸਾਡੇ ਵਰਗਾ ਮਾਤੜ ਕੋਈ ਇੱਥੇ ਹੋਰ ਕੋਈ ਮਾੜੇ ਮੋਟਾ ਕੋਈ ਹੋ ਜਾਏ ਗੱਲਬਾਤ ਉਦੋਂ ਚੱਕ ਕੇ ਮਾਰਦੇ ਅੰਦਰ ਉੱਤੇ ਨਾਲ ਦੀ ਨਾਲ ਹੀ ਪਰਚਾ ਵਾਰਸ ਨੂੰ ਪਹੁੰਚਣੇ ਨਹੀਂ ਦਿੰਦੇ ਉੱਥੇ ਇਹਨਾਂ ਨੂੰ ਫੜ ਕੇ ਜੇ ਕੋਈ ਕਦੇ ਕੋਈ ਐਮਰਜੈਂਸੀ ਫੜਨਾ ਵੀ ਪੈ ਜਾਂਦਾ ਤੇ ਦੂਜੇ ਦਿਨ ਉਹ ਘਰ ਆਇਆ ਹੁੰਦਾ ਤੇ ਬੰਦ ਕਿੱਥੋਂ ਹੋਣਾ ਹੈ ਚੋਰੀ ਕਰਦਾ ਕੁਛ ਵੀ ਕਰਦਾ ਉਹ ਬਾਹਰ ਦੀ ਬਾਹਰ ਖਾ ਪੀ ਕੇ ਆ ਜਾਂਦਾ ਜੇ ਹੁਣ ਇਹ ਗਿਆ ਸਾਡਾ ਖੁਦ ਰਿਸ਼ਤੇਦਾਰੀ ਆਏ ਵੀ ਇਹ ਬਾਹਰ ਹੁਣ ਖਾ ਪੀ ਕੇ ਤੇ ਉੱਥੇ ਡਿੱਗ ਪਿਆ ਹੁਣ ਮਾਂ ਪਿਓ ਨੂੰ ਕੀ ਪਤਾ ਕਰੇ ਵੀ ਕੀ ਹੁਣ ਤਿਆ ਕੀ ਨਹੀਂ ਜੇ ਪਤਾ ਵੀ ਹੋਊਗਾ ਤਾਂ ਮਾਂ ਪਿਓ ਕਰ ਕੀ ਲਊਗਾ ਜਦੋਂ ਬਾਹਰ ਦੀ ਬਾਹਰ ਹੀ ਜਾ ਕੇ ਉੱਥੋਂ ਬਾਹਰੋਂ ਪੈਸਾ ਕਮਾ ਲਿਆ ਲੈ ਲਿਆ ਤਾਂ ਕਿਤੇ ਚੋਰੀ ਕਰ ਲਈ ਕੁਛ ਵੀ ਕਰ ਲਿਆ ਜਿਹਨੇ ਨਸ਼ਾ ਖਾਣਾ ਉਹਨੇ ਤਾਂ ਜਿਵੇਂ ਵੀ ਸੂਤ ਲੱਗਾ ਲਾਉਣਾ ਅੱਜ ਦੀ ਹੋਈ ਖਬਰ ਆ ਚਿੱਟੇ ਵਾਸਤੇ ਨੌਜਵਾਨ ਨੇ ਪੈਸੇ ਮੰਗੇ ਘਰੋਂ ਪੈਸੇ ਨਹੀਂ ਮਿਲੇ ਉਹਨੇ ਆਪਦੀ ਦਾਦੀ ਮਾਰ ਕੇ ਹੁਣ ਦਿਆ ਜੀ ਸਾਰਾ ਕੁਛ ਹੁਣ ਦਿਆ ਘਰੋਂ ਚੀਜ਼ਾਂ ਚੁੱਕ ਚੁੱਕ ਵੇਚੀ ਜਾਂਦੇ ਆ ਸਾਰਾ ਕੁਛ ਹੁਣ ਦਿਆ ਅੱਜ ਜਿਹੜੀਆਂ ਲੁੱਟਾਂ ਖੋਹਾਂ ਹੁੰਦੀਆਂ ਰੋਡਾਂ ਤੇ ਕਦੀ ਕਿਸੇ ਦੇ ਤੁਰੇ ਜਾਂਦੇ ਤੇ ਗਰੀਬ ਦੇ ਕੱਢ ਲੇ ਕਿਸੇ ਨੂੰ ਮਾਰਤਾ ਵੱਢਤਾ ਉਹ ਇੱਥੇ ਗੱਲ ਲਈ ਹੁਣ ਦਿਆ ਨਸ਼ੇ ਬਾਬਤ ਨਸ਼ਾ ਬੰਦ ਹੋ ਜੇ ਇਹ ਵੀ ਕੰਮ ਬੰਦ ਹੋ ਜੇ ਇੱਕ ਜਵਾਬ ਆਪਾਂ ਲੋਹਾਮ ਸਾਹਿਬ ਤੋਂ ਲੈ ਲੈਂਦੇ ਹਾਂ ਲੋਹਾਮ ਸਾਹਿਬ 15 ਤੋਂ 20 ਸਾਲ ਦਾ ਸਮਾਂ ਹੋ ਗਿਆ ਇਸ ਭਾਂਬੜ ਮੱਚੇ ਨੂੰ ਜਿਵੇਂ ਪਹਿਲਾਂ ਜ਼ਿਕਰ ਕੀਤਾ ਵੀ ਸਰਕਾਰਾਂ ਤੋਂ ਅਸੀਂ ਝਾਕ ਹੀ ਲਾ ਦਈਏ ਕਿਉਂਕਿ ਅਕਾਲੀ ਦਲ ਵੀ ਵੇਖ ਲਿਆ ਕਾਂਗਰਸ ਵੀ ਆਮ ਆਦਮੀ ਪਾਰਟੀ ਵੀ ਤੁਸੀਂ ਪ੍ਰਚਾਰਕ ਹੋ ਤੁਹਾਨੂੰ ਕੀ ਲੱਗਦਾ ਕਿ ਬੰਦ ਕਿੱਦਾਂ ਹੋਊਗਾ ਸਰਕਾਰਾਂ ਨੇ ਨਹੀਂ ਬੰਦ ਕਰਨਾ ਮੈਨੂੰ ਲੱਗਣ ਲੱਗ ਗਿਆ ਵੀ ਸਰਕਾਰਾਂ ਨੇ ਨਹੀਂ ਬੰਦ ਕਰਨਾ ਲੋਕਾਂ ਕੋਲ ਕੀ ਹੱਲ ਰਹਿ ਗਿਆ ਲੋਕ ਕਿਵੇਂ ਬੰਦ ਕਰਨਗੇ ਦੇਖੋ ਜੀ ਲੋਕਾਂ ਕੋਲ ਇੱਕੋ ਇੱਕ ਹੱਲ ਆ ਪਿੰਡਾਂ ਪਿੰਡਾਂ ਦੇ ਵਿੱਚ ਜਿਹੜੀਆਂ ਪੰਚਾਇਤਾਂ ਸਰਪੰਚ ਸਾਹਿਬਾਨ ਨੇ ਜਾਂ ਤਾਂ ਉਹ ਪੰਚਾਇਤ ਮਤਾ ਪਾ ਕੇ ਦੇਵੇ ਵੀ ਪਿੰਡ ਦੇ ਵਿੱਚ ਜਿਹੜਾ ਵੀ ਕੋਈ ਚਿੱਟਾ ਲਾਉਂਦਾ ਜਾਂ ਚਿੱਟਾ ਵੇਚਦਾ ਫੜਿਆ ਗਿਆ ਉਹਦੇ 'ਤੇ ਪੂਰੀ ਪਹਿਲਾਂ ਤਾਂ ਉਹਨਾਂ ਦੀ ਆਪ ਸੇਵਾ ਕਰਨੀ ਚਾਹੀਦੀ ਆ ਫਿਰ ਉਹ ਬਾਅਦ ਦੇ ਵਿੱਚ ਪ੍ਰਸ਼ਾਸਨ ਨੂੰ ਬੁਲਾਉਣਾ ਚਾਹੀਦਾ ਉੱਤੇ ਜਿਹੜਾ ਪੂਰਾ ਪਰਚਾ ਕੀਤਾ ਜਾਵੇ ਕਾਰਵਾਈ ਕਰਕੇ ਉਹਨੂੰ ਜਿਹੜਾ ਜੇਲ੍ਹ ਦੇ ਵਿੱਚ ਸੁੱਟਿਆ ਜਾਵੇ ਫਿਰ ਨਸ਼ੇ ਨੂੰ ਠੱਲ ਪੈ ਸਕਦੀ ਆ ਲੇਕਿਨ ਦੂਜੀ ਗੱਲ ਆ ਜੇ ਆਪਾਂ ਕਹਿ ਦਈਏ ਵੀ ਸਰਕਾਰਾਂ ਰੋਕਣਗੀਆਂ ਤੇ ਉਹ ਮੇਰੇ ਹਿਸਾਬ ਨਾਲ ਤਾਂ ਬੇਬਸ ਆ ਸਰਕਾਰਾਂ ਦੀ ਸਰਕਾਰਾਂ ਨਹੀਂ ਰੋਕ ਸਕਦੇ ਸਰਕਾਰਾਂ ਤੋਂ ਤਾਂ ਬੇਬਸ ਹੋਈ ਪਈ ਆ ਜੀ ਸੰਗਤ ਜੀ ਤੁਸੀਂ ਵੀ ਸਾਡੇ ਨਾਲ ਕਮੈਂਟਾਂ ਦੇ ਵਿੱਚ ਵਿਚਾਰ ਜ਼ਰੂਰ ਸਾਂਝੇ ਕਰਿਓ ਕਿ ਹੱਲ ਕੀ ਰਹਿ ਗਿਆ ਜਿਵੇਂ ਮੈਂ ਵਾਰ ਵਾਰ ਜ਼ਿਕਰ ਕਰ ਰਿਹਾ ਵੀ ਅਕਾਲੀ ਦਲ ਕਾਂਗਰਸ ਆਮ ਆਦਮੀ ਪਾਰਟੀ ਤਿੰਨੋਂ ਸਰਕਾਰਾਂ ਅਸੀਂ ਲਗਭਗ ਦੇਖ ਚੁੱਕੇ ਹਾਂ ਪਰ ਨਸ਼ਿਆਂ ਦੇ ਵਿੱਚ ਨੌਜਵਾਨ ਅੱਜ ਵੀ ਰੁੜ ਰਹੇ ਨੇ ਮਾਵਾਂ ਦੇ ਪੁੱਤ ਅੱਜ ਵੀ ਮਰ ਰਹੇ ਨੇ ਇਕੱਲੇ ਪੁੱਤ ਨਹੀਂ ਧੀਆਂ ਵੀ ਮਰ ਰਹੀਆਂ ਨੇ ਇੱਕ ਤਾਂ ਧੀਆਂ ਜਿਹੜੀਆਂ ਇਹਨਾਂ ਦੇ ਨਾਲ ਵਿਆਹੀਆਂ ਜਾਂਦੀਆਂ ਜਿਹੜੇ ਮੁੰਡੇ ਇਸ ਦਲ ਦੇ ਵਿੱਚ ਪੈ ਜਾਂਦੇ ਨੇ ਉਹ ਧੀਆਂ ਮਰ ਰਹੀਆਂ ਤੇ ਜੇ ਆਪਾਂ ਗੱਲ ਕਰ ਲਈਏ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਉਹ ਵੀ ਧੀਆਂ ਨੇ ਜਿਹੜੀਆਂ ਆਪ ਖੁਦ ਇਸ ਚਿੱਟੇ ਤੋਂ ਪੀੜਿਤ ਹੋ ਚੁੱਕੀਆਂ ਨੇ ਤੁਸੀਂ ਵੀ ਵਿਚਾਰ ਸਾਡੇ ਨਾਲ ਜ਼ਰੂਰ ਸਾਂਝੇ ਕਰਿਓ ਕਿ ਕੀ ਹੱਲ ਕੀ ਹੈਗਾ ਤੁਹਾਨੂੰ ਕੋਈ ਹੱਲ ਨਜ਼ਰ ਆਉਂਦਾ ਉਹ ਕਮੈਂਟਾਂ ਦੇ ਵਿੱਚ ਸਾਡੇ ਨਾਲ ਜ਼ਰੂਰ ਸਾਂਝਾ ਕਰਿਓ ਕਿ ਜਿਹੜੇ ਲੋਕ ਨਸ਼ੇੜੀ ਨੇ ਜਿਹੜੇ ਲੋਕ ਨਸ਼ੇੜੀ ਨੇ ਉਹਨਾਂ ਨੂੰ ਆਪਾਂ ਗੱਲ ਕਰ ਲਈਏ ਕਿ ਉਹ ਤਾਂ ਇੱਕ ਤਰ੍ਹਾਂ ਦੇ ਪੇਸ਼ੈਂਟ ਨੇ ਕਿਉਂਕਿ ਉਹ ਤਾਂ ਇੱਕ ਬਿਮਾਰੀ ਦਾ ਸ਼ਿਕਾਰ ਹੋ ਚੁੱਕੇ ਨੇ ਫੜਨ ਦੀ ਲੋੜ ਨਸ਼ੇੜੀਆਂ ਨੂੰ ਨਹੀਂ ਫੜਨ ਦੀ ਲੋੜ ਚਿੱਟਾ ਵੇਚਣ ਵਾਲਿਆਂ ਨੂੰ ਜਾਂ ਹੋਰ ਭੈੜੇ ਨਸ਼ੇ ਵੇਚਣ ਵਾਲਿਆਂ ਨੂੰ ਜਿਵੇਂ ਇਹਨਾਂ ਨੇ ਕਿਹਾ ਕਿ ਪੰਚਾਇਤਾਂ ਨੂੰ ਚਾਹੀਦਾ ਕਿਸੇ ਤਰੀਕੇ ਦਾ ਕੋਈ ਮਤਾ ਪਾਇਆ ਜਾਵੇ ਕੋਈ ਕਾਰਵਾਈ ਕੀਤੀ ਜਾਵੇ ਬਿਲਕੁਲ ਅਜਿਹਾ ਹੋਣਾ ਚਾਹੀਦਾ ਕਿ ਜਿਹੜੇ ਪਿੰਡ ਦੇ ਵਿੱਚ ਕੋਈ ਵੀ ਵਿਅਕਤੀ ਅਜਿਹਾ ਨਸ਼ਾ ਵੇਚਦਾ ਉਹਦਾ ਸਮਾਜਿਕ ਬਾਈਕਾਟ ਹੋਣਾ ਚਾਹੀਦਾ ਉਹਦਾ ਪਿੰਡ ਦੇ ਵਿੱਚ ਜਿਵੇਂ ਆਪਾਂ ਪਹਿਲਾਂ ਕਹਿੰਦੇ ਕਿ ਭਾਂਡਾ ਬੰਦ ਕਰ ਦਿੱਤਾ ਜਾਂ ਕੁਝ ਪਿੰਡਾਂ ਦੇ ਵਿੱਚ ਕਹਿ ਦਿੰਦੇ ਭਾਂਡਾ ਛੇਦ ਦਿੱਤਾ ਵੱਖ ਵੱਖ ਜਿਹੜੀਆਂ ਇਸ ਇਹਦੇ ਬਾਰੇ ਕਿਹਾ ਜਾਂਦਾ ਇਸ ਤਰੀਕੇ ਨਾਲ ਉਹਦਾ ਪਿੰਡ ਦੇ ਵਿੱਚੋਂ ਰੋਟੀ ਪਾਣੀ ਆਮ ਘਰਾਂ ਦੇ ਨਾਲੋਂ ਬੰਦ ਹੋਣਾ ਚਾਹੀਦਾ ਇਹ ਮੇਰਾ ਨਿੱਜੀ ਵਿਚਾਰ ਆ ਤੁਸੀਂ ਵੀ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਸਾਡੇ ਨਾਲ ਸਾਂਝੇ ਜ਼ਰੂਰ ਕਰਿਓ ਅਤੇ ਜਿੱਥੋਂ ਤੱਕ ਹੋ ਸਕੇ ਆਪਾਂ ਕੋਸ਼ਿਸ਼ ਕਰੀਏ ਕਿਉਂਕਿ ਆਪਾਂ ਸੋਸ਼ਲ ਮੀਡੀਆ ਦੇ ਉੱਤੇ ਜਦੋਂ ਦੇਖਦੇ ਹਾਂ ਸੋਸ਼ਲ ਮੀਡੀਆ ਦੇ ਉੱਤੇ ਗੱਲ ਚੱਲਦੀ ਆ ਅਤੇ ਹਰ ਕੋਈ ਬੰਦਾ ਇੰਨਾ ਸਿਆਣਾ ਲੱਗਦਾ ਆ ਹਰ ਕਿਸੇ ਬੰਦੇ ਦੇ ਵਿਚਾਰ ਇੰਨੇ ਚੰਗੇ ਲੱਗਦੇ ਆ ਕਿ ਲੱਗਦਾ ਆ ਵੀ ਇੱਕ ਬੜੀ ਚੰਗੀ ਦੁਨੀਆ ਦੇ ਵਿੱਚ ਰਹਿ ਰਹੇ ਹਾਂ ਪਰ ਜਦੋਂ ਗਰਾਊਂਡ ਦੇ ਉੱਤੇ ਆਉਣੇ ਆ ਤਾਂ ਲੋਕਾਂ ਦਾ ਬੁਰਾ ਹਾਲ ਆ ਮਾਵਾਂ ਨੂੰ ਪੁੱਤਰਾਂ ਦੇ ਵੱਲੋਂ ਮਾਰ ਦਿੱਤਾ ਜਾਂਦਾ ਨਸ਼ੇ ਦੀ ਪੂਰਤੀ ਕਰਨ ਦੇ ਲਈ ਵੱਖ ਵੱਖ ਤਰੀਕੇ ਦੇ ਨਾਲ ਕਹਿਰ ਢਾਏ ਜਾਂਦੇ ਆ ਆਪਣੇ ਹੀ ਪਰਿਵਾਰ ਦੇ ਉੱਤੇ ਨਸ਼ੇ ਦੀ ਪੂਰਤੀ ਕਰਨ ਲਈ ਸਮਾਜ ਅੱਜ ਮਰ ਰਿਹਾ ਹੈ ਸਰਕਾਰਾਂ ਸਾਰੀਆਂ ਹੀ ਸਰਕਾਰਾਂ ਕੋਈ ਵੀ ਇੱਕ ਦੋ ਤਿੰਨ ਨਹੀਂ ਸਾਰੀਆਂ ਹੀ ਸਰਕਾਰਾਂ ਹਮੇਸ਼ਾ ਵਿਕਾਸ ਦੇ ਦਾਅਵੇ ਕਰਦੀਆਂ ਨੇ ਜਲੰਧਰ ਦੇ ਵਿੱਚ ਜ਼ਿਮਨੀ ਚੋਣ ਆ ਉੱਥੇ ਗੱਲਾਂ ਚੱਲ ਰਹੀਆਂ ਨੇ ਉੱਥੇ ਮੁੱਦੇ ਚੱਲ ਰਹੇ ਨੇ ਮੁੱਦੇ ਕੁਝ ਹੋਰ ਚੱਲ ਰਹੇ ਨੇ ਮੁੱਦੇ ਚੱਲ ਰਹੇ ਨੇ ਕਿ ਪੰਜਾਬ ਨੂੰ ਖੁਸ਼ਹਾਲ ਕਰ ਦਿੱਤਾ
मुद्दे चल रहे हैं कि रंगला पंजाब सिरज रहे हैं, पर रंगला पंजाब पंजाब के लोगों को पूछो किहड़े रंगले पंजाब की सिरजना कर रहे हो, जदों सिव्यां दे विच लोगों के 25-25, 30-30 साल के नौजवान लाशां बन के इस दुनिया तो रुखसत हो रहे हैं। जदों अजिहां खबरां तुहाडे नाल सांझियां करदे हां, अजिहां गल्लां बातां तुहाडे नाल सांझियां करदे हां, तो मन भी भावुक हो जाता है कि साडे पंजाब दा बनूगा की, जिहड़ा पंजाब गुरां दे नां ते वसदा है, जिहड़ा पंजाब गुरुआं पीरां दी धरती कहा जाता है, जिहड़ा पंजाब दा नां ही पंजाब पंजां पाणियां तों पिया सी, अज उस पंजाब दे विच छेवां दरिया चिट्टे दा वग रिहा है। संगत जी, आपां सारे रल मिल के कोई उपराला करिए कि इस दरिया नूं किसे भी तरीके दे नाल आपां ठल मारीए। जल्द होर मुद्दे ते होर शख्सियत नूं लै के कोई नवीं खबर, कोई नव लोगों का नवा दुख या सुख लैके आप जी की कचहरी में मैं फिर हाजिर होवांगा। दिओ आग्या, वाहिगुरू जी का खालसा, वाहिगुरू जी की फतेह।